ਓ ਇਹ ਤਾਂ ਟੁੱਟੀ ਆ ਗਿਆ ਜੀ। ਓਹੋ, ਆਨਲਾਈਨ ਦੋਸਤੋ ਆਹ ਫਾਇਦਾ ਨਹੀਂ ਹੈਗਾ ਚੀਜ਼ਾਂ ਮੰਗਾਏ ਦਾ, ਟੁੱਟਾ ਹੀ ਨਿਕਲ ਗਿਆ। ਲੈ, ਇਹ ਛੇ ਤਾਂ ਸੱਤ ਜੀ ਸੌ ਰੁਪਏ ਦਾ ਸਟੈਂਡ ਸੀਗਾ ਦੋਸਤੋ, ਆਹ ਖਿਲਰ ਆ ਗਿਆ ਇੱਥੋਂ, ਆਹ ਟੁੱਟੀ ਇਹ ਪਈ ਰਹਾ ਟੁੱਟੇ ਹੁਣ। ਪਿਆ ਜੀ ਹੈ ਨਾ। ਵੈਸੇ ਚਲੋ, ਰਾਵਣ ਵੀ ਹੋਰ ਹੀ ਲੱਗਦੇ ਜੀ, ਨਾਜ਼ੁਕ ਜੀ ਹੈ ਨਾ। ਨਾਜ਼ੁਕ ਜੀ ਆ ਰਮਨ, ਹਾਂਜੀ ਅੱਜ ਤਾਂ ਮੋਟਾ ਖਰਚਾ ਕਰਤਾ ਲੱਗਦਾ ਯਾਰ, ਕਾਫੀ ਡੱਬੇ ਹਾਂਜੀ ਡੁੱਬੇ ਜੇ ਰੱਖ ਹਾਂਜੀ ਰੱਖੇ ਨੇ। ਹਾਂਜੀ, ਬਹੁਤ ਸਮਾਨ ਮੰਗਵਾ ਲਿਆ ਜੀ, ਕਿਉਂਕਿ ਜਿਹੜੇ ਸਮਾਨ ਦੀ ਜ਼ਰੂਰਤ ਸੀ ਉਹ ਮੈਂ ਮੰਗਵਾ ਲਿਆ ਜੀ ਔਨਲਾਈਨ। ਵੈਸੇ ਤਾਂ ਇਹ ਜਿਹੜਾ ਸਮਾਨ ਹੈ ਉਹ ਥੋੜ੍ਹੇ ਜਿਹੇ ਘੱਟ ਰੇਟਾਂ 'ਤੇ ਮਿਲਦਾ, ਪਰ ਇੰਨਾ ਟਾਈਮ ਹੀ ਨਹੀਂ ਸੀਗਾ ਜੀ, ਅਤੇ ਮੈਨੂੰ ਬਹੁਤ ਸਾਰੇ ਸਮਾਨ ਦੀ ਜ਼ਰੂਰਤ ਸੀ ਜੀ, ਇਹਦੇ ਨਾਲ ਜਿਹੜਾ ਟਾਈਮ ਆ ਵੇਸਟ ਹੁੰਦਾ ਉਹ ਬਚ ਜੂਗਾ, ਅਤੇ ਨਾਲੇ ਜਿਹੜਾ ਚੀਜ਼ਾਂ ਆਪਾਂ ਤਿਆਰ ਕਰਾਂਗੇ ਜੀ ਉਹ ਮਿੰਟੋ ਮਿੰਟ ਹੀ ਤਿਆਰ ਹੋ ਠੀਕ ਜਾਣਗੀਆਂ ਹੈ ਜੀ। ਜੀ, ਕਿਚਨ ਰਿਲੇਟਡ ਗੈਜਟ ਮੰਗਾਏ ਨੇ? ਹਾਂਜੀ ਹਾਂਜੀ, ਕਿਚਨ ਰਿਲੇਟਡ ਨੇ ਜੀ। ਠੀਕ ਹੈ, ਅਤੇ ਆਹ ਵੱਡੇ ਡੱਬੇ 'ਚ ਕੀ ਆ ਰਮਨ ਐਡਾ ਵੱਡਾ? ਇਹ ਆਪਾਂ ਆਪਣੇ ਸਟੂਡੀਓ 'ਚ ਹੀ, ਮਤਲਬ ਥੋੜ੍ਹੀ ਜਿਹੜੀ ਵੀਡੀਓ ਕੁਆਲਿਟੀ ਮਤਲਬ ਹੋਰ ਵੀ ਜ਼ਿਆਦਾ ਵਧੀਆ, ਉਹਦੇ ਵਾਸਤੇ ਲਾਈਟਿੰਗ ਮੰਗਵਾਈ ਹੈ ਜੀ, ਇਹ ਠੀਕ ਵੀ ਹੈ, ਖੋਲ ਕੇ ਦਿਖਾਵਾਂਗੇ ਚਲੋ ਉਹ ਜੀ। ਵੀ ਦਿਖਾਵਾਂਗੇ, ਇਹਦੇ ਪਹਿਲਾਂ ਸਾਰਾ ਕੁਝ ਕਿਚਨ ਆਪਾਂ ਵਾਲੀਆਂ ਕਰਦੇ ਹਾਂ ਚੀਜ਼ਾਂ ਆਪਣੇ ਖੋਲ ਲਈਏ ਦੋਸਤਾਂ ਨਾਲ। ਹਾਂਜੀ ਹਾਂਜੀ ਹਾਂਜੀ, ਪਹਿਲਾਂ ਮੈਂ ਕਿਚਨ ਵਾਲੀਆਂ ਖੋਲ ਲਈਏ ਜੀ। ਸਭ ਤੋਂ ਪਹਿਲਾਂ ਆਹ ਕੀ ਹੈ? ਇਹ ਹੈਗਾ ਜੀ ਡਰਾਈ ਫਰੂਟ ਕਟਰ। ਠੀਕ ਹੈ, ਮਤਲਬ ਕਿਉਂਕਿ ਆਪਾਂ ਕਈ ਵਾਰ ਮਤਲਬ ਸ਼ੇਪ ਤਾਂ ਆਪਾਂ ਦੂਜੇ ਹੋ ਜੀ ਕੱਟ ਕੇ ਮਤਲਬ ਪਾ ਦਿੰਦੇ, ਪਰ ਐਵੇਂ ਜੀ ਹੁੰਦਾ ਵੀ ਪਰਫੈਕਟ ਮਤਲਬ ਸੋਹਣੀ ਜੀ ਸ਼ੇਪ ਆਵੇ। ਜਿਵੇਂ ਆਪਾਂ ਬਰਫੀ ਵਗੈਰਾ ਤੇ ਉੱਤੇ ਡਿਜ਼ਾਈਨਿੰਗ ਕਰਦੇ ਹਾਂ ਡਰਾਈ ਫਰੂਟ ਡਿਜ਼ਾਈਨ, ਉਹ ਤਾਂ ਕਿੰਨਾ ਟਾਈਮ ਲੱਗ ਜਾਂਦਾ ਆਪਾਂ ਜਦੋਂ ਕੱਟਦੇ ਹਾਂ ਬਰੀਕ ਬਰੀਕ। ਹਾਂਜੀ, ਤੇ ਇਹ ਬਹੁਤ ਹੀ ਵਧੀਆ ਜੀ, ਮਤਲਬ ਇਹਦੇ ਨਾਲ ਬਰੀਕ ਬਰੀਕ ਕੱਟ ਦਾਂਗੇ, ਆ ਦੇਖੋ ਇਹਦੇ ਬਲੇਡ ਲੱਗੇ ਹੋਏ ਨੀਚੇ। ਚਲੋ ਫਿਰ ਕੱਟ ਕੇ ਵੀ ਦਿਖਾ ਦਈਏ ਆਪਣੇ ਦੋਸਤਾਂ ਨੂੰ। ਹਾਂਜੀ ਹਾਂਜੀ, ਤੇ ਦੋ ਤਿੰਨ ਪੀਸ ਨੇ ਜੀ ਇਹਦੇ ਵਿੱਚ। ਠੀਕ ਹੈ, ਮਤਲਬ ਅਲੱਗ ਅਲੱਗ ਕੱਟਣ ਵਾਸਤੇ? ਹਾਂਜੀ ਹਾਂਜੀ, ਨਹੀਂ ਨਹੀਂ ਜੀ, ਕੱਟਣਗੇ ਤਾਂ ਇੱਕ ਸ਼ੇਪ 'ਚ ਹੀ, ਮਤਲਬ ਆ ਹੀ ਨਹੀਂ ਇਹਦੇ ਵਿੱਚ ਚੀਜ਼ਾਂ ਨੇ, ਇਹ ਅਲੱਗ ਅਲੱਗ ਨੇ ਜੀ, ਮਤਲਬ ਆਹ ਅਲੱਗ ਤੋਂ ਲੈਂਦੀ ਹੈ ਜੀ, ਆਹ ਚੀਜ਼ ਅਲੱਗ ਆ ਗਈ, ਤੇ ਐਵੇਂ ਫਿੱਟ ਹੁੰਦਾ ਤਿੰਨ ਜੀ। ਚਾਰ ਪਾਰਟਾਂ 'ਚ ਮਤਲਬ ਐਸ ਲੋਟ ਹਾਂਜੀ ਅਸੈਂਬਲ ਹਾਂਜੀ ਐਸ ਲੋਟ ਹੁੰਦਾ ਹੈ। ਹਾਂਜੀ, ਇਹਨਾਂ ਦੇ ਵਿੱਚ ਪਾ ਕੇ ਇੱਥੇ ਲੌਕ ਲੱਗ ਜਾਂਦਾ ਜੀ ਇਹਦਾ। ਠੀਕ ਹੈ ਜੀ, ਬਸ ਆ ਉੱਪਰ ਦੀ ਆਹ ਲੱਗ ਜੂ ਜੀ। ਠੀਕ ਹੈ, ਚਲੋ ਫਿਰ ਕੱਟ ਕੇ ਦਿਖਾਈਏ ਡਰਾਈ ਫਰੂਟ। ਹਾਂਜੀ, ਥੋੜ੍ਹੇ ਕੋਈ ਜਿਹੇ ਆਪਾਂ ਡਰਾਈ ਫਰੂਟ ਲੈ ਸਕਦੇ ਹਾਂ ਜੀ, ਥੋੜ੍ਹੇ ਜਿਹੇ ਪਾ ਲੈਂਦੇ ਹਾਂ, ਇੰਨੇ ਕੁ ਪਾ ਲਏ ਜੀ। ਚਲੋ ਜੀ, ਇਹਨੂੰ ਬਸ ਆਪਾਂ ਘੁਮਾਉਣੀ ਆ, ਕੁਛ ਨਹੀਂ ਕਰਨਾ ਜੀ। ਵਾਓ, ਇਹ ਤਾਂ ਬਹੁਤ ਸੋਹਣੇ ਬਰੀਕ ਬਰੀਕ, ਨਾਲੇ ਤਾਂ ਨਾ ਸੇਵਿੰਗ ਵੀ ਹੋਊਗੀ ਇਹਦੇ ਨਾਲ ਡਰਾਈ ਫਰੂਟਾਂ ਦੀ। ਹਾਂਜੀ ਹਾਂਜੀ, ਕਿਉਂਕਿ ਆਪਾਂ ਤਾਂ ਕਰਦ ਨਾਲ ਤਾਂ ਆਪਾਂ ਕਿੱਡੇ ਕਿੱਡੇ ਪੀਸ ਕੱਟ ਦਿੰਦੇ ਹਾਂ ਹਨਾ, ਤੇ ਇਹਨੇ ਤਾਂ ਬਹੁਤ ਹੀ ਸੋਹਣੇ, ਦੇਖੋ ਦੋਸਤੋ ਬਹੁਤ ਸੋਹਣੇ ਕੱਟ ਰਹੇ ਆ ਜੀ, ਸੱਚੀ ਬਹੁਤ ਕੰਮ ਦਾ ਗੈਜਟ ਆ ਯਾਰ। ਹਾਂਜੀ, ਤੇ ਬਾਅਦ ਚ ਵੀ ਬਹੁਤ ਖੀਰ ਵਗੈਰਾ ਬਣਾਉਣੀ ਆ ਜਾਂ ਜਿਵੇਂ ਉੱਪਰ ਲਗਾਉਣਾ ਡੈਕੋਰੇਸ਼ਨ ਕਰਨੀ ਆ, ਸੋ ਬਹੁਤ ਵਧੀਆ, ਕਿਉਂਕਿ ਬਹੁਤ ਟਾਈਮ ਵੇਸਟ ਹੁੰਦਾ ਸੀ, ਤੇ ਆਹ ਦੇਖੋ ਜੀ 2 ਮਿੰਟਾਂ ਵਿੱਚ ਦੀ ਮਤਲਬ ਕਿੰਨੇ ਜ਼ਿਆਦਾ ਬਰੀਕ ਬਰੀਕ ਤੇ ਕਿੰਨੇ ਸੋਹਣੇ ਕਰਤੇ, ਸੋ ਇਹ ਵੀ ਮੈਨੂੰ ਬਹੁਤ ਮਤਲਬ ਜ਼ਰੂਰਤ ਸੀਗੀ, ਤੇ ਆਹ ਦੇਖੋ ਜੀ ਮਤਲਬ ਬਚਤ ਵੀ ਬਹੁਤ ਹੋ ਗਈ। ਹਾਂਜੀ, ਬਸ ਇਹ ਵੀ ਮੈਨੂੰ ਬਹੁਤ ਵਧੀਆ ਲੱਗਿਆ, ਨਾਲੇ ਬਹੁਤ ਹੀ ਸੌਖਾ ਤੇ ਸਿੰਪਲ ਆ, ਬਸ ਘੁਮਾਉਣੀ ਆ ਜੀ, ਛੋਟ ਤੋਂ ਛੋਟਾ ਬੱਚਾ ਵੀ ਕਰ ਸਕਦਾ ਇਹ ਕੰਮ। ਹਾਂਜੀ, ਤੇ ਲਓ ਜੀ, ਇਹ ਤਾਂ ਹੋ ਗਿਆ ਪਾਸ, ਮਤਲਬ ਵਧੀਆ, ਐਵੇਂ ਨਹੀਂ ਹੈਗਾ ਵੀ ਜਿਹੜੀ ਆਪਾਂ ਵੀਡੀਓ ਦੇਖ ਰਹੇ ਸੀਗੇ ਬਸ ਉਹੀ ਫੇਕ ਆ, ਕਈ ਮਤਲਬ ਚੀਜ਼ਾਂ ਹੋਰ ਦਿਖਾਈ ਜਾਂਦੇ ਪਰ ਉਹ ਉਹਨਾਂ ਵਰਕ ਨਹੀਂ ਕਰਦੇ, ਪਰ ਇਹ ਬਹੁਤ ਹੀ ਵਧੀਆ ਮਤਲਬ ਵਰਕ ਕਈ ਵਾਰੀ ਖਰਚਾ ਵੀ ਆਪਾਂ ਕਰ ਦਿੰਦੇ ਤੇ ਚੀਜ਼ ਵੀ ਕੰਮ ਦੀ ਨਹੀਂ ਨਿਕਲਦੀ, ਪਰ ਇਹ ਆਪਾਂ ਕਹਿ ਸਕਦੇ ਹਾਂ ਵੀ ਵੈਲਿਊਬਲ ਹੈਗੀ ਆ। ਹਾਂਜੀ, ਇਹ ਮਤਲਬ ਆਪਣੇ ਕੰਮ ਦੀ ਹੈਗੀ ਹੈ ਜੀ। ਠੀਕ ਹੈ ਜੀ, ਹੁਣ ਅਗਲਾ ਖੋਲੀਏ, ਹੁਣ ਖੋਲਦੇ ਹਾਂ ਜੀ ਅਗਲਾ। ਠੀਕ ਹੈ, ਇਹਦੇ ਵਿੱਚ ਦੇਖਦੇ ਹਾਂ ਜੀ ਕੀ ਕੁਛ ਹੈ। ਲਓ ਜੀ, ਦੂਜਾ ਵੀ ਆਪਾਂ ਖੋਲ ਲਿਆ ਤੇ ਇਹਦੇ ਵਿੱਚੋਂ ਵੀ ਦੇਖਦੇ ਕੀ ਨਿਕਲਦਾ ਹੈਗਾ। ਇਹ 'ਚੋਂ ਕੀ ਸੱਪ ਕੱਢਾਂਗੇ ਰਹਿਣ ਹੁਣ, ਦੇਖੀ ਜਾਓ ਜੀ ਕੀ ਨਿਕਲਦਾ ਹੈਗਾ। ਡੱਬੀ ਜੀ ਛੋਟੀ ਜੀ। ਅੱਛਾ ਜੀ, ਇਹ ਹੈਗਾ ਜੀ ਸੀਲ ਕਰਨ ਵਾਲਾ, ਸੀਲਿੰਗ, ਮਤਲਬ ਕੋਈ ਵੀ, ਚਲੋ ਆਹੀ ਖੋਲ ਲੈਂਦੇ ਜੀ, ਪੈਕਟ ਖੁੱਲਿਆ ਹੋਇਆ ਜੀ ਪੈਕਟ, ਮਤਲਬ ਐਵੇਂ ਹੁੰਦਾ ਵੀ ਆਪਣੀ ਕੋਈ ਵੀ ਚੀਜ਼ ਜਿਹੜੀ ਸੈੱਲ ਨਾ ਫੜੇ, ਖਰਾਬ ਨਾ ਹੋਵੇ, ਜਿਵੇਂ ਇੱਥੋਂ ਆਪਾਂ ਖੋਲ ਕੇ ਰੱਖ ਦਿੰਦੇ ਆ ਪੈਕਟ ਤੇ ਕਈ ਵਾਰੀ ਸੈੱਲ ਫੜ ਜਾਂਦਾ। ਹਾਂਜੀ ਹਾਂਜੀ, ਇਹ ਕਰ ਤੂੰ ਸੀਲ ਯਾਰ ਇਹ। ਹਾਂਜੀ, ਜਲਦੀ ਜਿਹਾ ਲੱਗਦਾ ਮੈਨੂੰ ਤਾਂ, ਦੇਖਦੇ ਹਾਂ ਜੀ ਵੀ ਕਰਦਾ ਕਿ ਨਹੀਂ ਕਰਦਾ, ਦੇਖਦੇ ਹਾਂ, ਚਲੋ ਦੇਖਦੇ ਹਾਂ। ਹਾਂਜੀ ਹਾਂਜੀ, ਕਰ ਰਿਹਾ ਰੌਣੇ, ਦੇਖੋ ਜੀ, ਮੈਨੂੰ ਤਾਂ ਲੱਗਦਾ ਕਿਹੜਾ ਕਾਮਯਾਬ ਹੋਣਾ ਰੌਣਾ ਇਹ, ਦੇਖਦੇ ਆ ਜੀ ਵਰਕ ਕੀ ਕੰਮ ਕਰਦਾ ਫਿਰ, ਮਤਲਬ ਇਹ ਚੀਜ਼ਾਂ ਹੈ ਤਾਂ ਛੋਟਾ ਜਿਹਾ ਰਹੁਣੇ ਯਾਰ, ਉਹ ਤਾਂ ਕਿਉਂਕਿ ਬਹੁਤ ਵੱਡੀ ਮਸ਼ੀਨ ਹੁੰਦੀ ਹੈ ਜਿਹੜੀ ਸੀਲ ਕਰਦੀ ਹੈ ਪੈਕਟਾਂ ਨੂੰ। ਹਾਂਜੀ, ਕਰਤਾ ਜੀ, ਲਓ ਕਰਤਾ, ਵਧੀਆ ਕਰਤਾ ਜੀ, ਬਹੁਤ ਵਧੀਆ। ਤੇ ਆਇਆ ਕਿੰਨੇ ਦਾ ਸੀ? ਆਪਾਂ ਗੈਜਟ ਦਾ ਨਾ ਤਾਂ ਦੂਜੇ ਦਾ ਰੇਟ ਦੱਸਿਆ ਰਮਨ। ਲਓ ਜੀ,
ਵਧੀਆ ਸੀਲ ਕਰਤਾ ਯਾਰ। ਹਾਂਜੀ ਸੋ ਮਤਲਬ ਖਰਾਬ ਹੋਣ ਤੋਂ ਆਪਾਂ ਬਚਾ ਸਕਦੇ ਆ, ਇਹ ਵੀ ਕੋਈ ਮਤਲਬ ਜਿਆਦਾ ਮਹਿੰਗਾ ਨਹੀਂ ਹੈਗਾ ਜੀ। ਛੋਟੀ ਛੋਟੀ ਚੀਜ਼ਾਂ ਮਤਲਬ ਜੇਕਰ ਆਪਣੇ ਕਿਚਨ ਚ ਹੈਗੀਆਂ ਤਾਂ ਇਹ ਮਤਲਬ ਸੀਲਰ ਆ ਗਿਆ, ਪੈਕਟ ਸੀਲਰ ਆ ਗਿਆ। ਹਾਂਜੀ ਹਾਂਜੀ ਇਹ ਵੀ ਪਾਸ ਹੀ ਆ ਜੀ, ਮਤਲਬ ਵਰਕ ਕਰਦਾ ਜੀ ਬਹੁਤ ਵਧੀਆ, ਕਾਮਯਾਬ ਚੀਜ਼ ਮਤਲਬ ਕਾਮਯਾਬ। ਇਹ ਵੀ 70-80 ਰੁਪਏ ਦਾ ਰਹਿਣ ਤੇ ਉਹ ਦੂਜਾ ਵੀ ਇੰਨੇ ਕਿ ਦੀ। ਹਾਂਜੀ ਕਈ ਵਾਰ ਨਾ ਕੋਈ ਚੀਜ਼ ਹੁੰਦੀ ਸੀਗੀ ਮਤਲਬ ਵੀ ਕਈ ਵਾਰ ਹੁਣ ਡੱਬੇ ਇੰਨੇ ਹੁੰਦੇ ਨਹੀਂ, ਛੋਟੇ ਛੋਟੇ ਚੀਜ਼ਾਂ ਜਿਵੇਂ ਮੰਗਵਾ ਲੈਨੇ ਆਪਾਂ, ਲੈਚੀਆਂ ਵਗੈਰਾ ਹੋਈਆਂ, ਕੋਈ ਵੀ ਹੋਰ ਚੀਜ਼ਾਂ ਹੁੰਦੀਆਂ ਨੇਗੀਆਂ। ਹਾਂਜੀ ਤੇ ਉਹ ਜਿਹੜੇ ਸੀਲ ਕਰਦੇ ਤਾਂ ਵਧੀਆ, ਹੁਣ ਜਿਵੇਂ ਕਾਫੀ ਸਾਰਾ ਸਮਾਨ ਮੰਗਵਾ ਛੱਡਿਆਗਾ ਤੇ ਉਹ ਫਿਰ ਖਿੱਲਰ ਕੇ ਸਾਰੀ ਰਸੋਈ ਚ ਗਾਹ ਪੈ ਜਾਂਦਾ ਸੀ ਜੀ। ਹਾਂਜੀ ਇਸ ਕਰਕੇ ਮਤਲਬ ਸੀਲ ਕਰੀ ਚੀਜ਼ ਵਧੀਆ ਸੇਫ ਰਹਿੰਦੀ ਹੈ। ਠੀਕ ਹੈ ਹੁਣ ਨੈਕਸਟ ਖੋਲੀਏ। ਲਓ ਜੀ ਇਹਨੂੰ ਵੀ ਆਪਾਂ ਖੋਲ ਲੈਨੇ ਆ। ਇਹ ਚ ਕੀ ਸੱਪ ਹੁਣ ਇਹਦੇ ਵਿੱਚ ਵੀ ਦੇਖਦੇ ਆ ਜੀ ਕੀ ਨਿਕਲਦਾ। ਤੀਜਾ ਗੈਜਟ ਆ ਜੀ ਆਪਣਾ। ਹਾਂਜੀ ਤੇ ਕੀ ਆ ਇਹ ਕੰਡਾ? ਹਾਂਜੀ ਛੋਟਾ ਜਿਹਾ ਕੰਡਾ ਹੈ। ਹਾਂਜੀ ਕਿਉਂਕਿ ਜਦੋਂ ਵੀ ਆਪਾਂ ਰਸੋਈ 'ਚ ਕੰਮ ਕਰਦੇ ਸੀ ਜੀ ਬਹੁਤ ਮਤਲਬ ਦਿੱਕਤ ਆਉਂਦੀ ਸੀਗੀ, ਨਾ ਤਾਂ ਪਤਾ ਲੱਗਦਾ ਸੀ ਵੀ ਕਿੰਨਾ ਸਮਾਨ ਹੋ ਗਿਆ, ਬਸ ਉਹ ਅੰਦਾਜ਼ੇ ਜਿਹੇ ਨਾਲ ਪਾ ਲੈਂਦੇ ਸੀਗੇ। ਤੇ ਇਹ ਮੈਂ ਤਾਂ ਮੰਗਵਾਇਆ ਜੀ, ਮੈਂ ਹੁਣ ਹਰੇਕ ਚੀਜ਼ ਜਿਹੜੀ ਮੈਨੂੰ ਤੋਲ ਕੇ ਪਾਈ ਜਾਂਦੀ ਜੀ, ਫਿਰ ਵਧੀਆ ਚੀਜ਼ ਬਣਦੀ ਹੈਗੀ ਕਿਉਂਕਿ ਅੰਦਾਜ਼ੇ ਨਾਲ ਪਾਈ ਤਾਂ ਕਈ ਵਾਰ ਵੱਧ ਘੱਟ ਹੋ ਹੀ ਜਾਂਦੀ ਹੈ ਜੀ। ਤੇ ਕੰਡਾ ਹੈ ਛੋਟਾ ਕੰਡਾ। ਹਾਂਜੀ ਇਹ ਛੋਟਾ ਕੰਡਾ ਮੰਗਵਾਇਆ ਜੀ, ਉੱਪਰ ਰੱਖ ਕੇ ਆਪਾਂ ਕੋਈ ਵੀ ਚੀਜ਼ ਮਿਣ ਸਕਦੇ ਹਾਂਗੇ। ਚਲੋ ਇਹ ਤਾਂ ਬੇਸਿਕ ਚੀਜ਼ ਆ ਗਈ ਆਪਣੀ, ਮਤਲਬ ਜੂ ਆਉਂਦੀ ਰਹਿਣੀ ਹੈ ਤਾਂ। ਹਾਂਜੀ ਹਾਂਜੀ ਸਹੀ ਕੰਡਾ ਹੋ ਗਿਆ ਤਾਂ ਛੋਟਾ ਜਿਹਾ ਤੇ ਸੋਹਣਾ ਕੰਡਾ ਯਾਰ ਹਨਾ। ਹਾਂਜੀ ਆਨ ਆਫ ਵਾਲਾ ਲੱਗਿਆ ਹੋ ਜੀ ਹਨਾ ਇਹਦੇ। ਹਾਂ ਇਹ ਕੱਢਣਾ ਪੂਰਾ ਆਪਣੇ, ਇਹਨੂੰ ਮੰਨ ਕੇ ਚਲੋ ਲਾ ਕੇ ਕੱਢ ਦਿਓ ਤਾਂ ਮੈਂ ਕੱਢਾਂ। ਬਸ ਚੱਲ ਪਿਆ ਜੀ। ਲਓ ਜੀ ਇਹਦੇ ਤੇ ਕੁਛ ਵੀ ਆਪਾਂ ਧਰਦੇ ਹਾਂ ਜੀ। ਤੇ ਇਹ ਮਤਲਬ ਦੱਸ ਦਿੰਦਾ ਵੀ ਕਿੰਨੇ ਗ੍ਰਾਮ ਚੀਜ਼। ਠੀਕ ਹੈ ਜਿਵੇਂ ਹੁਣ ਆਪਾਂ ਵੇਟ ਕਰਨਾ ਕਿਸੇ ਚੀਜ਼ ਦਾ, ਪਹਿਲਾਂ ਜੀਰੋ ਕਰਨਾ ਪਊਗਾ। ਹੁਣ ਹੋ ਗਿਆ ਜੀਰੋ, ਹੁਣ ਹੁਣ ਧਰੋ। ਇਹ ਤਾਂ ਵੇਟ ਜੀਰੋ 'ਤੇ ਖੜਾ ਰਮਨ, ਹੱਥ ਹੱਥ ਥੱਲੇ ਧਰਨਾ ਪਊਗਾ। ਹਾਂਜੀ ਸਹੀ ਗੱਲ ਆ ਜੀ। ਆ ਦੇਖੋ ਹੁਣ 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 ਜੀਰੋ ਕਰਦੇ ਹਾਂ ਜੀ। ਹੱਥ 'ਚ ਵੜ ਕੇ ਕਿੱਥੋਂ ਦੱਸਿਓ। ਚਲੋ ਜੀ ਹੁਣ ਧਰੋ। ਲਓ ਜੀ ਲਓ ਜੀ 114 ਗ੍ਰਾਮ, 113 ਮੇਜ਼ਰਮੈਂਟ ਵਾਸਤੇ ਜੀ। ਇਹ ਹੈਗਾ ਜੀ ਸਪੂਨ, ਜਿਵੇਂ ਕੋਈ ਵੀ ਚੀਜ਼ ਪਾਉਣੀ ਆ ਐਮਐਲ ਵਿੱਚ। ਚਮਚਾ? ਹਾਂਜੀ। ਅੱਛਾ ਕੰਡੇ ਦਾ ਛੋਟਾ ਪਾਈ ਆ, ਮਤਲਬ ਦੱਸੂਗਾ ਵਜਨ। ਹਾਂਜੀ ਹਾਂਜੀ। ਇਹ ਵੀ ਫਿਰ ਮੈਂ ਮੰਗਵਾ ਲਿਆ ਸੀ ਕਿਉਂਕਿ ਜਿਵੇਂ ਛੋਟਾ ਸਮਾਨ ਹੈ ਜੀ ਉਹ ਫਿਰ ਇਹ ਤਾਂ ਉਹ ਨਹੀਂ ਹੁੰਦਾ ਜੀ, ਆਪਾਂ ਇਹਦੇ ਨਾਲ ਮਿਣ ਸਕਦੇ ਹਾਂ ਜਿੰਨਾ ਵੀ ਪਾਉਣਾ ਹੋਵੇ। ਇਹ ਵਜਨ ਦੱਸੂਗਾ ਫਿਰ ਇਹ? ਹਾਂਜੀ ਹਾਂਜੀ ਜਿਵੇਂ 5 ਕੁ ਗ੍ਰਾਮ ਹੋ ਗਿਆ ਜੀ ਇਹ। ਇਹ ਮਤਲਬ 5 ਗ੍ਰਾਮ ਹੋ ਗਿਆ ਕੰਡੇ ਤੇ ਧਰ ਕੇ, ਦੇਖਿਓ ਵਜਨ ਸਹੀ ਦਾ ਤਾਂ। ਪਹਿਲਾਂ ਇਹਨੂੰ ਜੀਰੋ ਕਰ ਲਿਓ ਜੀ। ਲਓ ਜੀ ਜੀਰੋ ਕੰਡੇ ਤੇ ਵੀ ਦੇਖੀ ਆਪਾਂ ਦੋਸਤੋ ਕੰਡੇ ਦਾ ਵਜਨ। ਇੱਕ ਮਿੰਟ ਰਮਨ ਇਹਨੂੰ ਹਿੱਲਣ ਨਾ ਦੇ, ਇਹਨੂੰ ਆਪਾਂ ਇੱਕ ਵਾਰੀ ਜੀਰੋ ਕਰ ਦਈਏ। ਕਿੱਥੋਂ ਹੁੰਦਾ ਜੀਰੋ? ਇੱਥੇ ਹੁੰਦਾ ਜੀ, ਇਹ ਮੈਨੂੰ ਲੱਗਦਾ ਨਾ ਹੋਆ ਹੱਲ ਰਿਹਾ ਮੰਜੇ ਤੇ। ਚਲੋ ਜੀ ਹੁਣ ਪਾਓ, ਦੇਖੀਏ ਵੀ ਇਹ ਬਰੋਬਰ ਦੱਸਦਾ ਕਿ ਨਹੀਂ ਦੱਸਦਾ। ਇਹ ਤਾਂ 20 ਗ੍ਰਾਮ, 17-18 ਗ੍ਰਾਮ ਹੋ ਗਏ। ਇਹਨੂੰ ਨਹੀਂ ਜੀਰੋ ਕਰਿਆ ਸੀ ਰਾਉਣ, ਇਹ ਤਾਂ ਆਨ ਆਫ ਕਰਕੇ ਆਫ ਹੀ ਕਰਿਆ ਸੀ ਜੀ ਸਾਰਾ। ਹੁਣ ਜੀਰੋ ਆ ਜੀ, ਹੁਣ ਧਰ ਕੇ ਦੇਖੋ ਇਹਦੇ 'ਚ ਕਿੰਨੇ ਆ। ਪਹਿਲਾਂ ਜੀਰੋ ਨਹੀਂ ਕਰਿਆ ਸੀ। ਹਾਂਜੀ ਇਹ ਤਾਂ ਫਿਰ ਘੱਟ ਹੀ ਦੱਸੋ ਜੀ ਮੈਨੂੰ ਤਾਂ ਲੱਗਦਾ। ਲਓ ਜੀ ਇਹ ਤਾਂ 1 ਗ੍ਰਾਮ ਵੀ ਨਹੀਂ ਦੱਸ ਰਿਹਾ। ਨਹੀਂ ਮਤਲਬ 10 ਗ੍ਰਾਮ ਵੀ ਨਹੀਂ ਦੱਸ ਰਿਹਾ ਪੂਰੇ, ਹਨਾ। ਇੱਧਰੋਂ ਕਰਕੇ ਦਿਖਾ ਦਿੰਦੇ ਆਪਾਂ ਆਪਣੇ ਦੋਸਤਾਂ ਨੂੰ ਤੇ ਦੇਖੋ ਦੋਸਤੋ, ਇਹ ਮਤਲਬ ਸਹੀ ਨਹੀਂ ਦੱਸਦਾ ਦੋਸਤੋ, ਮੇਜ਼ਰਮੈਂਟ ਫੇਲ ਆਤਾ, ਹਨਾ ਰਮਨ। ਇਹਦੀ ਚਲਾਉਣੀ ਨਹੀਂ ਆਇਆ ਜੀ ਹਜੇ।
ਕੁਛ ਕਹਿ ਨਹੀਂ ਸਕਦੇ ਜੀ ਇਹਦੇ ਬਾਰੇ, ਵੈਸੇ ਆਹ ਵਧੀਆ ਲੱਗਿਆ ਜੀ ਮੈਨੂੰ ਇਹਦੇ ਨਾਲ, ਉਹ ਠੀਕ ਆ ਆਹ ਚੀਜ਼ ਕਾਮਯਾਬ ਆ। ਪਰ ਇਹ ਦੋਸਤੋ ਵੇਸਟ ਆਫ ਮਨੀ ਆ, ਇਹ 400-500 ਦਾ ਇਹ ਆ, 400-500 ਦੀ ਉਹ ਆ, ਹਾਂਜੀ ਮਤਲਬ ਕੀਮਤ ਦੋਨਾਂ ਦੀ ਦੋਸਤੋ ਇੱਕੋ ਜੀ ਆ, 400 ਦਾ ਮੇਰੇ ਖਿਆਲ ਇਹ ਆ, 400 ਦੀ ਉਹ ਆ, ਤੇ ਇਹਦੇ ਨਾਲੋਂ ਮਤਲਬ ਆਹ ਚੀਜ਼ ਕਾਮਯਾਬ ਆ ਦੋਸਤੋ, ਨਾਲੇ ਇਹ ਸਹੀ ਦੱਸਦਾ, ਇਹ ਤਾਂ ਇੱਕ ਮਤਲਬ ਉਹੀ ਹੋ ਹੀ ਆ ਹਨਾ। ਹਾਂਜੀ ਇਹ ਤੇ ਵੀ ਲਿਖਿਆ ਹੋਊ ਜੀ ਵੀ 5 ਕਿਲੋ ਮੈਕਸੀਮਮ 5 ਕੇਜੀ ਵੇਟ ਦੱਸ ਸਕਦਾ ਜੀ ਇਹ, ਠੀਕ ਹੈ, ਇਸ ਤੋਂ ਜ਼ਿਆਦਾ ਤਾਂ ਨਹੀਂ ਦੱਸ ਸਕਦਾ। ਤੇ ਲਓ ਜੀ ਫਿਰ ਬਸ ਆਹ ਤਾਂ ਫੇਲ ਹੀ ਹੋ ਗਿਆ ਜੀ ਆਪਣਾ ਸਪੂਨ, ਮਤਲਬ ਬੇਕਾਰ ਵਧੀਆ ਲੱਗਿਆ ਜੀ ਉਹ 500 ਖੂਹ ਚ ਜੀ ਕੰਡਾ, ਚਲੋ ਕਾਮਯਾਬ ਹੋ ਗਿਆ। ਇਹ ਤੋਂ ਬਾਅਦ ਨੈਕਸਟ ਜੀ, ਇਸ ਤੋਂ ਬਾਅਦ ਆਪਾਂ ਖੋਲਦੇ ਹਾਂ ਜੀ ਆਹ ਵਾਲਾ, ਇਹਦੇ ਵਿੱਚ ਵੀ ਦੇਖਦੇ ਹਾਂ ਜੀ ਕੀ ਨਿਕਲਦਾ। ਇਹਦੇ ਵਿੱਚ ਹੈਗਾ ਜੀ ਉਹ ਮੇਰੀ ਫੇਵਰੇਟ ਚੀਜ਼ ਰੋਜ਼ਮੈਰੀ। ਚਲੋ ਇਹ ਵੀ ਦੱਸਾਂਗੇ ਜੀ ਵੀ ਕਿੱਥੇ ਕਿਵੇਂ ਯੂਜ਼ ਕਰ ਸਕਦੇ ਹਾਂ, ਬਹੁਤ ਹੀ ਜ਼ਿਆਦਾ ਬੈਨੀਫਿਟ ਵਾਲੀ ਚੀਜ਼ ਹੈ ਜੀ ਇਹ ਰੋਜ਼ਮੈਰੀ। ਇਹ ਮਤਲਬ ਕਿਸੇ ਰੈਸਪੀ 'ਚ ਵਰਤਣੀ ਹੈ ਜਾਂ ਰੈਮਡੀ 'ਚ? ਇਹ ਰੈਮਡੀ 'ਚ ਵਰਤਾਂਗੇ ਜੀ। ਠੀਕ ਹੈ ਜੀ, ਅਤੇ ਇਹਦੇ ਬਾਅਦ ਇਹ ਫਲਿੱਪਕਾਰਟ ਤੋਂ ਕੀ ਮੰਗਵਾਉਂਦੇ ਹਾਂ ਜੀ ਅਗਲੀ ਚੀਜ਼। ਇੱਕ ਤਾਂ ਅਨਬੋਕਸ ਕਰਨਾ ਬਹੁਤ ਔਖਾ ਮੈਨੂੰ ਲੱਗਦਾ ਵੀ ਵੱਜ ਵੀ ਨਾ ਜਾਵੇ, ਪਾੜ ਦਿਆ ਕਰ ਨਾ ਲਾਉਣਾ ਯਾਰ, ਸਿੱਧਾ ਚੱਲਣ ਦਿਆ ਕਰ, ਚਾਕੂ ਆ ਲਫਾਫਾ ਮਸਾਂ ਪੜਦਾ ਸੀ ਨਾ। ਹਾਂਜੀ ਆਹ ਦੇਖ ਲੋ ਜੀ, ਇਹਦੀ ਧਾਰ ਬਿਲਕੁਲ ਵੀ ਨੀ ਹੈਗੀ ਤੇ ਮੈਨੂੰ ਬਹੁਤ ਦਿੱਕਤ ਆਉਂਦੀ ਕਿਉਂਕਿ ਜਦੋਂ ਕੱਟੀ ਜਾਂਦੀ ਆ ਕੁਛ ਨਾ ਕੁਛ ਕੱਟੀ ਜਾਂਦੇ ਤੇ ਜਿਹੜੀ ਧਾਰ ਆ ਉਹ ਮੁੜ ਜਾਂਦੀ ਹੈ ਤੇ ਬਿਲਕੁਲ ਵੀ ਨੀ ਕੋਈ ਵੀ ਚੀਜ਼ ਪ੍ਰੋਪਰ ਕੱਟਦੇ ਜੀ। ਹਾਂਜੀ ਤੇ ਫਿਰ ਇਹ ਬਸ ਆਪਾਂ ਮੰਗਵਾ ਲਿਆ ਜੀ, ਮਤਲਬ 2-3 ਬਲੇਡ ਲੱਗੇ ਹੋਏ ਨੇ ਜੀ ਮਤਲਬ ਇਹ ਤੇ, ਠੀਕ ਹੈ ਇਹਦੇ 'ਚ ਮਤਲਬ ਉਹ ਲੱਗੇ ਹੋਏ ਪੱਥਰ ਜੇ ਜਿਹੜੇ ਹੁੰਦੇ ਆ। ਹਾਂਜੀ ਹਾਂਜੀ ਤੇ ਵਧੀਆ ਤਿੱਖਾ ਕਰ ਦਿੰਦੇ ਨੇ ਜੀ, ਮਤਲਬ ਚਾਕੂ ਨੂੰ ਤਿੱਖਾ ਕਰ ਦਿੰਦੇ ਆ ਇਹ, ਦੇਖਦੇ ਹਾਂ ਜੀ ਕਰਦੇ ਆ ਕਿ ਨਹੀਂ, ਆਪਾਂ ਤਾਂ ਕੰਧ ਨਾਲ ਘਸਾ ਕੇ ਤਿੱਖਾ ਕਰਦੇ ਹੁੰਦੇ ਆ ਰਮਣ ਯਾਰ। ਹਾਂਜੀ ਚਲੋ ਬਹੁਤ ਆ, ਹੁਣ ਦੇਖੀ ਕੱਟ ਕੇ ਕੁਛ, ਹਾਂਜੀ ਗੱਤਾ ਕੱਟ ਕੇ ਦੇਖੋ ਜੀ। ਲਓ ਜੀ ਹਾਂ ਪਹਿਲਾਂ ਕੱਟ ਹੀ ਨਹੀਂ ਰਿਹਾ ਸੀ ਜੀ ਕੁਛ, ਮਤਲਬ ਵਧੀਆ ਕਰ ਰਿਹਾ ਵਰਕ, ਬਾਬਾ ਜੇ ਮਾਰਨਾ ਰੌਣ ਸਮਾਰ ਕੇ। ਆ ਦੇਖੋ ਜੀ ਤੇਰੇ ਤਾਂ ਹੱਥਾਂ, ਇੱਕ ਤਾਂ ਠੰਡ ਬਹੁਤ ਆ ਦੋਸਤੋ, ਰਮਣੇ ਦਾ ਵੀ ਕਸੂਰ ਨੀਗਾ। ਲਓ ਜੀ ਬਹੁਤ ਤਿੱਖਾ ਹੋ ਗਿਆ ਨਾ। ਹਾਂਜੀ ਸੋ ਇਹ ਵੀ ਵਧੀਆ ਕਾਮਯਾਬ ਚੀਜ਼ ਆ ਜੀ, ਠੀਕ ਹੈ। ਇਹ ਵੀ 2 ਦਿੱਤੇ ਹੋਏ ਨੇ ਜੀ, ਅੱਛਾ ਇੱਕ ਨਾ ਇੱਕ ਫ੍ਰੀ, ਤੇ ਇਹ ਵੀ ਦੋਸਤੋ 100-125 ਰੁਪਏ ਦਾ ਆ ਜਾਂਦਾ। ਹਾਂਜੀ ਹਾਂਜੀ ਇਹ 2 ਆ ਗਏ ਹਨ। ਹਾਂ 2 ਆ ਗਏ ਜੀ, ਚਲੋ ਚਲੋ ਵਧੀਆ ਕੰਮ ਦੀ ਚੀਜ਼ ਆ ਜੀ ਇਹ ਵੀ। ਇਹ ਵੀ ਦੋਸਤੋ 100 ਰੁਪਏ ਦਾ ਮਤਲਬ 1 ਆ ਜਾਂਦਾ ਇਹ, ਤੇ ਇਹ ਪਤਾ ਨਹੀਂ ਕਿਹੜੇ ਲੋਟ 2 ਹੋ ਗਿਆ ਆਰਡਰ, ਪਰ ਉਹ ਇਹ 100 ਰੁਪਏ ਦਾ 1 ਆ ਜੀ, ਗਲਤੀ ਨਾ ਹੋ ਗਈ ਹੋਵੇਗੀ ਜੀ। ਤੇ ਇਹਦੋਂ ਬਾਅਦ ਹੋਰ ਕਿਹੜਾ ਰਹਿ ਗਿਆ ਗੈਜਟ ਦੇਖੋ, ਇਹਦੋਂ ਬਾਅਦ ਆ ਗਿਆ ਜੀ ਆਹ ਸਟੈਂਡ। ਚਲੋ ਇਹ ਤਾਂ ਜੀ ਆਪਣੇ ਸਟੂਡੀਓ ਵਾਸਤੇ ਹੈ। ਚਲੋ ਜੀ ਕੱਢੋ ਇਹ ਵੀ ਚੀਜ਼ ਆਪਣੀ, ਹਾਂਜੀ ਸਟੈਂਡ ਕੀ ਡਿੱਗ ਪਿਆ ਹੋੜਾ ਕੀ, ਉਹ ਇਹ ਤਾਂ ਟੁੱਟੀ ਆ ਗਿਆ ਜੀ। ਓਹੋ ਆਨਲਾਈਨ ਦੋਸਤੋ ਆਹ ਫਾਇਦਾ ਨਹੀਂ ਹੈਗਾ ਚੀਜ਼ਾਂ ਮੰਗਾਏ ਦਾ, ਟੁੱਟਾ ਹੀ ਨਿਕਲ ਗਿਆ ਲੈ। 600-700 ਰੁਪਏ ਦਾ ਸਟੈਂਡ ਸੀਗਾ ਦੋਸਤੋ, ਆ ਖਿਲਰ ਆ ਗਿਆ ਇਥੋਂ, ਆਹ ਟੁੱਟੀ ਪਈ ਰਹਿਣਾ ਪਿਆ ਜੀ ਹਨ। ਚਲੋ ਸਰਾਵਟ ਵੀ ਹੋਰ ਹੀ ਲੱਗਦੀ ਜੀ, ਨਾਜ਼ੁਕ ਜੀ ਹਨ, ਨਾਜ਼ੁਕ ਜੀ ਆ ਇਹ ਤਾਂ ਦੋਸਤੋ, ਫੇਲ ਆ
ਸੋ ਆਨਲਾਈਨ ਦੋਸਤੋ ਆਹ ਫਾਇਦਾ ਨਹੀਂ ਹੈਗਾ, ਵੈਸੇ ਰਿਪਲੇਸ ਹੋ ਜਾਂਦੀ ਹੈ, ਚੱਲ ਰਮਨ ਇਹਦੀ ਰਿਪਲੇਸਮੈਂਟ ਪਾ ਦਾਂਗੇ, ਕੋਈ ਵੈਸੇ ਐਡੀ ਗੱਲ ਤਾਂ ਹੈ ਨਹੀਂ ਗੀ, ਰਿਪਲੇਸਮੈਂਟ ਹੋ ਜਾਂਦੀ ਹੈਗੀ, ਚੇਂਜ ਕਰਕੇ ਦੇ ਦਿੰਦੇ ਆ, ਪਰ ਫਿਰ ਵੀ ਆਨਲਾਈਨ ਆਪਾਂ ਨੂੰ ਵੀ ਮਤਲਬ ਕਿੱਥੇ ਆਪਦੀ ਤਸੱਲੀ ਨਾਲ ਦੇਖ ਕੇ ਲਈਏ ਚੀਜ਼ ਹੈ ਨਾ। ਸਹੀ ਗੱਲ ਹੈ। ਅਤੇ ਹੁਣ ਆਹ ਇੱਕ ਰਹਿ ਗਈ ਚੀਜ਼ ਕਿ ਹੋਰ ਵੀ ਹੈਗਾ ਕੁਛ? ਬਸ ਆਹੀ ਰਹਿ ਗਿਆ ਜੀ, ਇਕਾਈ ਦੇ ਵਿੱਚ ਮੰਗਵਾਇਆ ਸੀ, ਉਹ ਤਾਂ ਮੈਂ ਪਹਿਲਾਂ ਹੀ ਖੋਲ ਲਿਆ ਸੀ ਜੀ। ਅੱਛਾ, ਉਹ ਛਤਰੀ ਜੀ। ਹਾਂਜੀ, ਇਹ ਹੈਗੀ ਹੈ ਜੀ ਆਪਣੀ ਲਾਈਟਿੰਗ। ਠੀਕ ਹੈ। ਵਾਓ, ਇਹ ਕਿਹੜੀ ਕੰਪਨੀ ਦੀ? ਗੋਡ ਐਕਸ ਦੀ SL100। ਤੇ ਇਹ ਦੋਸਤੋ ਮੰਗਾਈ ਆਪਾਂ ਲਾਈਟ, ਗੋਡ ਐਕਸ ਇਹੋ ਜਿਹੀ ਕੰਪਨੀ ਹੈ ਦੋਸਤੋ ਵੀ ਲਾਈਟਾਂ ਕੈਮਰੇ ਕੂਮਰੇ ਵਾਲੀਆਂ ਬਣਾਉਂਦੀ ਆ, ਬੜੀਆਂ ਤਕੜੀਆਂ ਨੇ ਜੀ। ਵਾਓ, ਬਹੁਤ ਸੋਹਣੀ ਹੈ ਜੀ। ਹਾਂਜੀ, ਸਾਰਿਆਂ ਨੂੰ ਤਕੜਾ ਬ੍ਰਾਂਡ ਆ ਜੀ ਲਾਈਟਿੰਗ ਦਾ, ਗੋਡ ਐਕਸ, ਉਹਦੀ ਆਪਾਂ ਇੱਕ ਲਾਈਟ ਮੰਗਾਈ ਆ, ਕਿਉਂਕਿ ਹਨੇਰਾ ਨੂੰ ਰਾਜਾ ਰਹਿੰਦਾ ਜੀ ਸਟੂਡੀਓ, ਫਿਰ ਜਿਵੇਂ ਰਸੋਈ ਰਸੋਈ 'ਚ ਬਣਾਉਣੇ ਤਾਂ ਚੈਨਲ ਵਧੀਆ ਰਿਹਾ ਕਰੂਗਾ। ਹਾਂਜੀ, ਅਤੇ ਵੀਡੀਓ ਵੀ ਉਨੀ ਸੋਹਣੀ ਦੇਖਿਆ ਕਰੂਗੀ। ਹਾਂਜੀ, ਕਿਉਂਕਿ ਕਈ ਵਾਰ ਚੀਜ਼ਾਂ ਹੁੰਦੀਆਂ ਨਹੀਂ, ਮਤਲਬ ਪ੍ਰੋਪਰ ਨਹੀਂ ਦਿਸਦੀਆਂ, ਕਲੀਅਰ ਨਹੀਂ ਹੁੰਦੀਆਂ, ਅਤੇ ਮੈਂ ਚਲੋ ਕੁਆਲਿਟੀ ਵਧੀਆ ਹੋਵੇ ਤਾਂ ਇਹ 'ਤੇ ਵੀ ਚਲੋ ਆਪਾਂ ਥੋੜ੍ਹਾ ਜਿਹਾ ਖਰਚ ਕਰ ਲੈਂਦੇ ਜੀ। ਹਾਂਜੀ, ਸੋ ਸਾਰਾ ਸਮਾਨ ਮਤਲਬ ਵਧੀਆ ਜੀ, ਬਸ ਇੱਕ ਉਹ ਚੀਜ਼ ਨੂੰ ਛੱਡ ਕੇ। ਅਤੇ ਸਾਰਾ ਦੋਸਤੋ ਮਤਲਬ ਦੋ ਚੀਜ਼ਾਂ ਇਹਦੇ 'ਚ ਰਮਨ ਮਹਿੰਗੀਆਂ ਸੀ ਮੈਨੂੰ ਲੱਗਦਾ, ਹੈ ਨਾ? ਕੰਡਾ ਇੱਕ, ਬਸ ਇਹ ਤਾਂ ਕੰਡਾ ਸੀ ਜੀ। ਹਾਂਜੀ, ਤੇ ਆ ਵੀ ਬਸ ਮਹਿੰਗੀ ਹੈ, ਜਦੋਂ ਫਿਰ ਜ਼ਰੂਰਤ ਸੀ ਜੀ। ਹਾਂਜੀ, ਬਸ ਇਕੱਲਾ ਕੰਡਾ 500 ਦਾ ਆਇਆ, ਦੂਜੀਆਂ ਤਾਂ 100-100 150 ਵਾਲੀਆਂ ਹੀ ਆ। ਹਾਂਜੀ ਹਾਂਜੀ, ਬਸ ਐਵੇਂ ਹੀ ਹੈ, ਤੇ ਮਤਲਬ ਆਪਣਾ ਜਿਹੜਾ ਕੰਮ ਆ ਉਹ ਤਾਂ ਨਾਲੇ ਮਤਲਬ ਵੀ ਟਾਈਮ ਦੀ ਵੇਸਟ ਨਹੀਂ ਹੁੰਦੀ, ਨਾਲੇ ਜਿਹੜੀ ਪ੍ਰੋਪਰ ਚੀਜ਼ ਆ ਉਹ ਵਧੀਆ ਬਣ ਜਾਂਦੀ ਹੈ ਜੀ। ਹਾਂਜੀ, ਸੋ ਸਾਰਾ ਸਮਾਨ ਬਹੁਤ ਵਧੀਆ ਜੀ, ਜੇਕਰ ਤੁਹਾਨੂੰ ਜ਼ਰੂਰਤ ਆ ਤੁਸੀਂ ਵੀ ਮੰਗਵਾ ਸਕਦੇ ਹੋ, ਮਤਲਬ ਆਪਾਂ ਵਰਕ ਦੇਖਦੇ ਸੀ ਵੀ ਵਧੀਆ ਕਰਦੀਆਂ ਨੇਗੀਆਂ। ਲਓ ਜੀ, ਸਾਰੇ ਸਮਾਨ 'ਚੋਂ ਦੱਸਿਓ ਵੀ ਸਾਨੂੰ ਕਿਹੜਾ ਗੈਜਟ ਸਭ ਤੋਂ ਵਧੀਆ ਲੱਗਿਆ। ਮੈਨੂੰ ਤਾਂ ਸਾਰੀ ਵਧੀਆ ਲੱਗੇ ਜੀ, ਬਸ ਇੱਕ ਆ ਸਪੂਨ ਨੂੰ ਛੱਡ ਕੇ, ਕਿਉਂਕਿ ਇਹਦੇ ਵਿੱਚ ਮੇਜਰਮੈਂਟ ਆ ਉਹ ਜਿਹੜਾ ਵਧੀਆ ਨਹੀਂ ਹੋ ਰਿਹਾ ਸੀਗਾ। ਸੋ ਵੀਡੀਓ ਮਤਲਬ ਜੇਕਰ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ ਜੀ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।